ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਕੋਲ ਸਾਹਿਬ, ਇੱਕ ਤੁਹਾਡੇ ਤੇ ਬੰਧਕ ਬਣਾਉਣ ਦੇ ਕਹਿ ਰਹੇ ਕਿ ਤੁਹਾਨੂੰ ਬੰਧਕ ਬਣਾਇਆ ਗਿਆ, ਕਿ ਇਹੋ ਜਿਹੀ ਕੋਈ ਗੱਲ ਸਾਹਮਣੇ ਆਈ? ਨਹੀਂ ਜੀ, ਮੈਂ ਮੀਡੀਆ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਉਹਨਾਂ ਨੇ ਮੇਰੀ ਆਵਾਜ਼ ਕੈਪਟਨ ਹਰਮਿੰਦਰ ਸਿੰਘ ਜੀ ਕੋਲ ਪਹੁੰਚਾ ਦਿੱਤੀ। ਉਹਨਾਂ ਨੇ ਮੈਨੂੰ 5 ਲੱਖ ਦਾ ਚੈੱਕ ਦਿੱਤਾ। ਇੱਕ ਬੰਦਾ ਹੈਗਾ ਪੰਜਾਬ ਵਿੱਚ, ਕਹਿੰਦਾ ਮੇਰੇ ਕੋਲ 70 ਲੱਖ ਰੁਪਏ ਹੈਗਾ ਔਰ ਇੱਕ ਮਾਂ 'ਤੇ ਲਾਂਛਨ ਲਾ ਰਿਹਾ। ਮਾਂ 'ਤੇ ਲਾਂਛਨ ਲਾਉਣਾ ਕਿੰਨਾ ਬੜਾ ਪਾਪ ਹੁੰਦਾ! ਰੱਬ ਦੇ ਬਾਅਦ ਅਗਰ ਕੋਈ ਹੁੰਦਾ ਤਾਂ ਮਾਂ ਹੁੰਦੀ ਹੈ। ਮਾਂ 'ਤੇ ਲਾਂਛਨ ਲਾਉਣਾ ਕਿੰਨਾ ਬੜਾ ਪਾਪ ਹੁੰਦਾ! ਸੱਤਿਆ ਜੀ ਮੇਰੀ ਮਾਂ ਵਰਗੀ ਮਾਂ ਸਮਾਨ ਹੈ। ਇਹਨਾਂ ਨੇ ਮੇਰੀ ਜਿੰਨੀ ਸੇਵਾ ਕੀਤੀ ਹੈ ਨਾ, ਕਿਸੇ ਨੇ ਨਹੀਂ ਕੀਤੀ। ਔਰ ਸਾਡੇ ਦੋਨਾਂ ਦਾ BP ਬਹੁਤ ਹਾਈ ਹੈ। ਅਗਰ ਸਾਨੂੰ ਕੁਛ ਹੋ ਗਿਆ ਨਾ, ਕੱਲ੍ਹ ਸਾਡੀ ਮੌਤ ਦਾ ਜ਼ਿੰਮੇਦਾਰ ਉਹੀ ਹੋਣਾ। ਕੀ ਵਿਗਾੜਿਆ ਅਸੀਂ ਉਹਦਾ? ਮੈਂ ਉਹਦੀ ਮਾਂ ਦੇ ਪੈਰੀ ਹੱਥ ਲਾਉਂਦਾ ਸੀ ਉੱਠ ਕੇ। ਕਮਲੀ ਬਾਬਾ ਦੇ ਉਹ ਬੜੇ ਮੁਰੀਦ ਸੀਗੇ। ਮੈਂ ਹਮੇਸ਼ਾ ਮੀਡੀਆ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਉਹਨਾਂ ਨੇ ਮੇਰੀ ਆਵਾਜ਼ ਪਹੁੰਚਾਈ। ਮੇਰਾ ਅਕਾਊਂਟ ਹੈਗਾ ਸੈਂਟਰਲ ਬੈਂਕ 'ਚ, ਤੁਸੀਂ ਇਨਕੁਆਇਰੀ ਕਰਾ ਲਓ। ਉਹ ਕਹਿੰਦਾ ਮੇਰੇ ਕੋਲ 70 ਲੱਖ ਰੁਪਏ, ਅਗਰ 70 ਲੱਖ ਰੁਪਏ ਹੁੰਦਾ ਮੇਰੇ ਕੋਲ ਗੱਡੀਆਂ ਹੁੰਦੀ, ਮਕਾਨ ਹੁੰਦਾ। ਕਹਿੰਦਾ ਮੈਂ 2 ਦਿਨ ਰੋਟੀ ਨਹੀਂ ਖਾਂਦੀ। ਕੋਈ 2 ਦਿਨ ਰੋਟੀ ਤੋਂ ਬਗੈਰ ਰਹਿ ਸਕਦਾ? ਤੁਸੀਂ ਰਹਿ ਸਕਦੇ ਹੋ? ਉਹ ਕਿਉਂ ਮੇਰੇ ਪਿੱਛੇ ਪਿਆ? ਮੈਂ ਉਹਦਾ ਕੀ ਵਿਗਾੜਿਆ? ਪਰ ਇੱਕ ਹੋਰ ਐਲੀਗੇਸ਼ਨ ਲੱਗ ਰਹੀ ਹੈ 70 ਲੱਖ ਤੋਂ ਇਲਾਵਾ। ਉਹਨਾਂ ਨੇ ਕਿਹਾ ਕਿ ਕੌਲ ਸਾਹਿਬ ਨੂੰ ਮੈਂ ਕਿਹਾ ਵੀ ਮੇਰੇ ਕੋਲ ਆ ਜਾਓ, ਕਹਿੰਦੇ ਉਹਨਾਂ ਨੂੰ ਕੈਦ ਕੀਤਾ ਹੋਇਆ। ਕਿਸੇ ਨੇ ਕੈਦ ਨਹੀਂ ਕੀਤਾ, ਮੈਂ ਕੋਈ ਬੱਚਾ ਹੈਗਾ, ਕੁਛ ਦੁੱਧ ਪੀਤ ਦਾ ਬੱਚਾ ਹੈਗਾ। ਮੈਂ 73 ਸਾਲ ਦਾ ਬੰਦਾ, ਮੈਨੂੰ ਪਤਾ ਕਿ ਮੇਰੇ ਲਈ ਅੱਛਾ ਕੀ ਹੈ ਬੁਰਾ। ਜਦੋਂ ਮੈਂ 2.5 ਸਾਲ ਬੈੱਡ 'ਤੇ, ਕੋਈ ਆਇਆ ਮੈਨੂੰ ਬੈੱਡ ਸ਼ੋਰ ਹੋਏ ਸੀ, ਕੋਈ ਆਇਆ ਦੇਖਣ? ਕੋਈ ਨਹੀਂ ਆਇਆ ਦੇਖਣ। ਇਹੀ ਸੀਗੇ ਜਿਹੜਾ ਮੇਰਾ ਖਿਆਲ ਰੱਖਦੇ ਸੀ। 5 ਸਾਲ ਉਹ ਆਇਆ, ਆਸ਼ਰਮ ਵਿੱਚ ਆਇਆ ਸੀ, ਕਹਿੰਦਾ ਮੈਨੂੰ ਲੈ ਜਾਏਗਾ, ਲੈ ਕੇ ਨਹੀਂ ਗਿਆ। ਹੁਣ ਉਹਨੂੰ ਯਾਦ ਆਉਂਦੀ ਹੈ? ਕੀ ਵਿਗਾੜਿਆ ਮੈਂ ਉਹਦਾ, ਦੱਸੋ? ਕੀ ਤੁਹਾਨੂੰ ਲੱਗਦਾ ਕਿ 2 ਪੈਗ ਲਾ ਕੇ ਇਹੋ ਜਿਹੀ ਬਿਆਨਬਾਜ਼ੀ ਕਰਨਾ? ਨਹੀਂ, ਉਹ ਮੈਂ ਉਹਦਾ ਪਰਸਨਲ ਮੈਟਰ, ਮੈਂ ਉਦੋਂ ਇੰਟਰਫੇਅਰ ਨਹੀਂ ਕਰਦਾ ਪੈਗ ਲਾਉਂਦਾ, ਉਹ ਮੈਨੂੰ ਨਹੀਂ ਪਤਾ। ਮਗਰ ਇਹਨੂੰ ਮੈਨੂੰ ਬਹੁਤ ਦੁੱਖ ਹੁੰਦਾ। ਉਹ ਮੇਰਾ ਬਹੁਤ ਅੱਛਾ ਦੋਸਤ ਸੀਗਾ, ਅਸੀਂ ਫਿਲਮ ਇਕੱਠੇ ਕੀਤੀ ਸੀ ਯਾਰ ਗਰੀਬਾਂ ਦਾ। ਅੱਜ ਅਗਰ ਉੱਤਮ ਤੁਲਸੀ ਜ਼ਿੰਦਾ ਹੁੰਦਾ, ਉਹ ਦੱਸਦਾ ਤੈਨੂੰ ਮੈਂ ਕਿੰਨੀ ਮਿਹਨਤ ਕਰਦਾ ਸੀ, ਰਾਤ ਰਾਤ ਭਰ ਡਾਇਲੋਗ ਯਾਦ ਕਰਦਾ ਸੀ ਤਾਂ ਕਿ ਉਹਦੇ ਨਾਲ ਮੈਂ ਐਕਟਿੰਗ ਕਰਾਂ। ਬਹੁਤ ਅੱਛਾ ਐਕਟਰ ਸੀ, ਬਹੁਤ ਅੱਛਾ ਬੰਦਾ ਸੀ ਔਰ ਹੁਣ ਵੀ ਬਹੁਤ ਅੱਛਾ ਬੰਦਾ ਹੈ। ਪਤਾ ਨਹੀਂ ਹੁਣ ਉਹਨੂੰ ਕੀ ਹੋ ਗਿਆ, ਕਿਉਂ ਮੇਰੇ ਪਿੱਛੇ ਪਿਆ, ਕਿਉਂ? ਮੈਨੂੰ ਇਸ ਗੱਲ ਦਾ ਜਵਾਬ ਦਿਓ। ਇਸ ਲੇਡੀ ਦਾ, ਸੱਤਿਆ ਜੀ ਦਾ, ਜਿਨ੍ਹਾਂ ਨੇ ਇੰਨੀ ਸੇਵਾ ਕੀਤੀ, ਮੈਂ 2 ਸਾਲ 2.5 ਸਾਲ ਸੂਰਜ ਨਹੀਂ ਦੇਖਿਆ। ਉਸ ਟਾਈਮ ਕੋਈ ਨਹੀਂ ਆਇਆ, ਉਹ ਆਇਆ ਉੱਥੇ ਆਸ਼ਰਮ ਵਿੱਚ, ਆਇਆ ਮੈਂ ਇਹ ਕਰਾਂਗਾ ਜੀ, ਉਹ ਕਰਾਂਗਾ, ਉਹਦੇ ਬਾਅਦ ਆਇਆ ਨਹੀਂ ਮੁੜ ਕੇ। ਮੈਂ ਕਿਉਂ ਜਾਵਾਂ ਉੱਥੇ? ਮੈਨੂੰ ਕੀ ਲੋੜ ਹੈ ਉੱਥੇ ਜਾਣ ਦੀ, ਦੱਸੋ ਤੁਸੀਂ? ਕੌਲ ਸਾਹਿਬ, ਇੱਕ ਹੋਰ ਸਵਾਲ ਹੈਗਾ, ਜਿਹੜੇ ਪੈਸੇ ਆਉਂਦੇ ਨੇ, ਕੀ ਤੁਹਾਨੂੰ ਜਾਣਕਾਰੀ ਹੁੰਦੀ ਹੈ? ਮੈਨੂੰ ਫੁੱਲ ਜਾਣਕਾਰੀ ਹੈ ਜੀ, ਸੈਂਟਰਲ ਬੈਂਕ 'ਚ ਮੇਰਾ ਅਕਾਊਂਟ ਹੈ, ਮੈਂ ਆਪ ਜਾਂਦਾ ਉੱਥੇ, ਆਪ ਸਾਈਨ ਕਰਦਾ ਚੈੱਕ, ਆਪ ਮੈਂ ਪਾਸ ਕਰਦਾ। ਮੈਨੂੰ ਪਤਾ ਮੇਰੇ ਕੋਲ ਕਿੰਨੇ 5 ਜਾਂ 6 ਲੱਖ ਰੁਪਏ ਹੋਣੇ। 5 ਲੱਖ ਮਾਨਣੀ ਕੈਪਟਨ ਹਰਮਿੰਦਰ ਸਿੰਘ ਜੀ ਨੇ ਦਿੱਤੇ, 2 ਲੱਖ ਮੇਰੇ ਬੇਟੇ ਨੇ ਦਿੱਤੇ ਨਵਜੀਤ ਨੇ, ਔਰ ਕੁਛ ਪੈਸਾ ਆਉਂਦਾ ਸੀ ਫੋਰਨ ਤੋਂ, ਉਹ ਇਹਦੇ ਬਿਆਨਬਾਜ਼ੀ ਨਾਲ ਉਹ ਪੈਸਾ ਵੀ ਬੰਦ ਹੋ ਗਿਆ। ਹੁਣ ਦਰਸ਼ਕਾਂ ਨੂੰ ਕੀ ਆ, ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਉਹਨਾਂ ਨੇ ਇਹੋ ਜਿਹੀ ਸਟੇਟਮੈਂਟ ਦਿੱਤੀ ਹੈ? ਮੈਨੂੰ ਸਮਝ ਨਹੀਂ ਆਉਂਦੀ, ਮਾਂ ਰੱਬ ਦਾ ਰੂਪ ਹੁੰਦੀ ਹੈ, ਮਾਂ 'ਤੇ ਐਲੀਗੇਸ਼ਨ ਲਾਉਣਾ ਬਹੁਤ ਬੜਾ ਪਾਪ ਹੁੰਦਾ, ਉਹ ਬੁਢਾਪਾ ਕਿਸੇ 'ਤੇ ਵੀ ਆ ਸਕਦਾ। ਉਹਦੀ ਚਿੱਟੀ ਦਾੜੀ ਦੇਖ ਕੇ ਮੈਂ ਹੈਰਾਨ ਹੋ ਗਿਆ, ਉਹ ਇੰਨਾ ਸਿਆਣਾ ਬੰਦਾ ਇਹੋ ਜਿਹੇ ਬੋਲ ਕਿਉਂ ਬੋਲਦਾ? ਇਹੋ ਜਿਹੀ ਗ੍ਰੇਟ ਲੇਡੀ 'ਤੇ ਉਹ ਲਾਲਚਨ ਕਿਉਂ ਲਾਉਂਦਾ? ਕਿਉਂ ਮਾਂ 'ਤੇ ਕੋਈ ਐਲੀਗੇਸ਼ਨ ਲਾ ਸਕਦਾ? ਮਾਂ ਅਗਰ ਜਦੋਂ ਕੋਈ 60 ਲੱਗਦੀ ਬੰਦੇ ਨੂੰ, ਮੂੰਹ ਤੋਂ ਨਿਕਲਦਾ ਮਾਂ, ਉਹਦਾ ਨਾਂ ਨਿਕਲਦਾ? 60 ਲੱਗਦੀ ਕੁਛ ਵੀ ਹੁੰਦਾ, ਮਾਂ ਨਾਲ ਨਿਕਲਦਾ। ਮਾਂ 'ਤੇ ਲਾਂਛਨ ਲਾਉਣਾ, ਰੱਬ 'ਤੇ ਲਾਂਛਨ ਲਾ ਰਹੇ ਹੋ ਤੁਸੀਂ, ਇਹ ਠੀਕ ਗੱਲ ਹੈ? ਇਹਨਾਂ ਨੇ ਮੇਰੀ ਸੇਵਾ 5 ਸਾਲ ਕੀਤੀ ਹੈ, ਇਹਨਾਂ ਨੂੰ ਕੀ ਮਿਲੇਗਾ ਕਿ ਪੈਸਾ ਖਾ ਕੇ? 8 ਲੱਖ ਮੇਰੇ ਕੋਲ ਹੈ, ਅਗਰ ਕਹਿੰਦਾ 70 ਲੱਖ ਆ ਕੇ ਦਿਖਾ ਦੇ, ਆਏ ਆਪ, ਅਗਰ ਉਹ ਮਰਦ ਦਾ ਬੱਚਾ ਹੈ, ਚਲੇ ਮੇਰੇ ਨਾਲ ਸੈਂਟਰਲ ਬੈਂਕ, ਉੱਥੇ ਦੇਖੇ ਕਿੰਨਾ ਪੈਸਾ ਮੇਰੇ ਕੋਲ, ਆਪਾਂ ਦੋਨੋਂ ਚੱਲਦੇ ਹਾਂ ਉੱਥੇ, ਦੇਖਦੇ ਕਿੰਨਾ ਪੈਸਾ, ਇਹਨੂੰ ਪਤਾ ਚੱਲ ਜਾਏਗਾ ਮੇਰੇ ਕੋਲ ਕਿੰਨਾ ਪੈਸਾ ਹੈਗਾ। ਆਂਟੀ ਜੀ, ਤੁਹਾਡੇ 'ਤੇ ਆਰੋਪ ਲੱਗ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਨਾ ਕੈਦ ਕਰਕੇ ਰੱਖਿਆ ਹੈ, ਕੌਲ ਸਾਹਿਬ ਨੂੰ, ਕੀ ਇਹ ਗੱਲ ਸੱਚ ਹੈ? ਅਗਰ ਮੈਂ ਉਹਨਾਂ ਨੂੰ ਕੈਦ ਕਰਕੇ ਰੱਖਿਆ ਹੁੰਦਾ ਸਤੀਸ਼ ਕੌਲ ਜੀ ਨੂੰ, ਜਿਵੇਂ ਉਹਨਾਂ ਦੀ ਪਹਿਲੇ ਪੁਜੀਸ਼ਨ ਹੈਗੀ ਸੀਗੀ, ਅੱਜ ਉਹਨਾਂ ਦੀ ਉਹ ਹਾਲਤ ਨਾ ਹੁੰਦੀ, ਅੱਜ ਉਹ
ਕਾਫੀ ਅੱਗੇ ਨਾਲੋਂ ਠੀਕ ਹੈਗੇ ਨੇ। ਉਹ ਖੁਦ ਵੀ ਅੱਖਾਂ ਦੇ ਨਾਲ ਆ ਕੇ ਸਾਰੀ ਦੁਨੀਆ ਦੇਖਦੀ ਹੈ, ਮਿਲਦੀ ਹੈ, ਉਹ ਕਹਿੰਦੇ ਨੇ ਕਿ ਵਾਕਈ ਠੀਕ ਹੈ। ਔਰ ਅੱਜ ਇਹਨਾਂ ਨੂੰ ਪਤਾ ਲੱਗਿਆ ਹੈ ਕਿ ਉਹਨਾਂ ਦੀ ਹਾਲਤ ਖਰਾਬ ਹੈ, ਔਰ ਮੇਰੇ 'ਤੇ ਐਲੀਗੇਸ਼ਨ ਲਗਾਇਆ ਜਾ ਰਿਹਾ ਕਿ ਤੁਸੀਂ ਇਹਨਾਂ ਨੂੰ ਬੰਦ ਕਰਕੇ ਰੱਖਿਆ ਹੈ ਜੀ, ਇਹਨਾਂ ਨੂੰ ਗਾਲਾਂ ਕੱਢਦੇ ਹੈ ਜੀ। ਇਹ ਕਦੀ ਹੋ ਸਕਦਾ ਜੇ ਇਸ ਤਰ੍ਹਾਂ ਮਤਲਬ ਹੁੰਦੇ ਤਾਂ ਸਤੀਸ਼ ਕੌਲ ਜੀ ਮੇਰੇ ਕੋਲ ਠਹਿਰਦੇ? ਕਿਆ ਉਹ ਦੁੱਧ ਪੀਂਦੇ ਬੱਚੇ? ਸਿਆਣੀ ਉਮਰ ਹੈ, 73 ਸਾਲ ਦੀ ਉਹਨਾਂ ਦੀ ਉਮਰ ਹੈਗੀ ਹੈ ਕਿ ਉਹ ਸਭ ਕੁਝ ਸਮਝਦੇ ਨਹੀਂ ਹੈ? 5 ਸਾਲ ਤੋਂ ਮੈਂ ਦੇਖਦੀ ਆ ਰਹੀ ਹਾਂ, ਅੱਜ ਤੱਕ ਉਹਨਾਂ ਨੇ ਕੋਈ ਮੇਰੇ ਵਿੱਚ ਕੋਈ ਔਗਣ ਦੇਖਿਆ ਉਹੋ ਜਿਹਾ? ਜਾਂ ਮੈਂ ਉਹਨਾਂ ਨੂੰ ਕਿਹਾ ਮੈਂ ਤਾਂ ਖੁਦ ਉਹਨਾਂ ਕੋਲ ਸਗੋਂ ਉਹਨਾਂ ਦੀ ਇੰਨੀ ਇੱਜ਼ਤ ਕਰਦੀ ਹਾਂ, ਉਹ ਮੈਂ ਉਹਨਾਂ ਕੋਲ ਡਰਦੀ ਹਾਂ, ਸਗੋਂ ਮੈਨੂੰ ਦਬਕੇ ਨਾਲ ਬੋਲਦੇ ਆ ਹੈ? ਅਤੇ ਇਹ ਮੇਰੇ ਦੇ ਉੱਤੇ ਲਾਛਣ ਲਗਾ ਦਿੱਤਾ ਮੇਰੇ ਭਰਾ ਨੇ। ਕਿਉਂ ਲਗਾਇਆ ਮੇਰੇ ਭਰਾ ਨੇ? ਮੇਰੇ 'ਤੇ ਇਲਜ਼ਾਮ ਐਡਾ ਵੱਡਾ ਕਿ ਮੈਂ ਉਹਨਾਂ ਨੂੰ ਦਬਦਬਾ ਕਰਕੇ ਰੱਖਿਆ ਹੋਇਆ, ਆ ਕੇ ਇਨਕੁਆਇਰੀ ਕਰਨ, ਆ ਕੇ ਦੇਖਣ ਵੀ ਉਹ ਕਿਸ ਤਰ੍ਹਾਂ ਰਹਿੰਦੇ, ਕਿਸ ਤਰ੍ਹਾਂ ਨਹੀਂ ਰਹਿੰਦੇ। ਤੁਹਾਨੂੰ ਲੱਗਦਾ ਕਿ ਹੁਣ ਜੇ ਸਰਕਾਰ ਵੱਲੋਂ ਕੋਈ ਮਦਦ ਦਾ ਹੱਥ ਆਇਆ ਜਾਂ ਲੋਕਾਂ ਵੱਲੋਂ ਆਇਆ, ਉਸਦੇ ਬਾਅਦ ਇਹੋ ਜਿਹਾ ਬਿਆਨਬਾਜ਼ੀ ਕਰਨਾ ਕਿ 70 ਲੱਖ ਰੁਪਏ ਤੁਹਾਡੇ ਕੋਲ? ਹਾਂਜੀ, ਇੱਕ ਹੋਰ ਵੀ ਇਹਨਾਂ ਨੇ ਕਿਹਾ ਜੀ ਸਾਡੇ ਉੱਤੇ ਇੱਕ ਬਿਆਨਬਾਜ਼ੀ ਕੀਤੀ, ਇਹਨਾਂ ਨੇ ਕਿਹਾ ਕਿ 70 ਲੱਖ ਆਇਆ ਜੀ, ਇਹ ਆਇਆ ਜੀ, ਉਹ ਆਇਆ ਜੀ, ਤੁਸੀਂ ਆ ਕੇ ਸਤੀਸ਼ ਕੌਲ ਜੀ ਦੀ ਇਨਕੁਆਇਰੀ ਕਰੋ। ਉੱਥੇ ਜਾ ਕੇ ਬੈਂਕ 'ਚ ਉਹਨਾਂ ਦੇ ਅਕਾਊਂਟ ਦੇ ਨੰਬਰ ਲੈ ਲਓ ਤੁਸੀਂ, ਨਾਲ ਚਲੇ ਜਾਓ, ਚਾਹੇ ਵੀ ਉਹਨਾਂ ਕੋਲ 70 ਲੱਖ ਹੈ ਕਿ ਕੀ ਹੈ। ਇਸ ਵਕਤ ਬਹੁਤ ਥੋੜ੍ਹੇ ਜਿਹੇ ਪੈਸੇ, ਬਹੁਤ ਹੀ ਥੋੜ੍ਹੇ ਜਿਹੇ ਪੈਸੇ, 10 ਲੱਖ ਵੀ ਨਹੀਂ ਹੈਗੇ। ਆ ਕੇ ਦੇਖੋ ਆਪਣੀ ਅੱਖਾਂ ਦੇ ਨਾਲ ਔਰ ਪੜ੍ਹੋ। ਅਸੀਂ ਤਾਂ ਕਹਿੰਦੇ ਹਾਂ ਕਿ ਪੰਜਾਬ ਸਰਕਾਰ ਖੁਦ ਆ ਕੇ ਦੇਖੇ ਔਰ ਇਨਕੁਆਇਰੀ ਕਰੇ। ਔਰ ਕਿਉਂ ਇਹੋ ਜਿਹੀ ਮਤਲਬ ਗੱਲਾਂ ਉਠਸਿਤ ਕਰਦਾ ਜੀ ਉਹਦੇ ਕੋਲ 70 ਲੱਖ ਆ ਗਿਆ ਤਾਂ ਉਹਦੇ ਕੋਲ ਫਲਾਣੇ ਨੇ 30 ਲੱਖ ਦੇ? ਸੁਖਬੀਰ ਬਾਦਲ ਜੀ ਨੇ ਸਾਨੂੰ 30 ਲੱਖ ਨਹੀਂ ਦਿੱਤਾ। ਅਗਰ 30 ਲੱਖ ਦਿੱਤਾ ਵੀ ਹੁੰਦਾ ਸੁਖਬੀਰ ਬਾਦਲ ਜੀ, ਤਾਂ ਕਿਆ ਅਸੀਂ ਉਹਨਾਂ ਦਾ ਨਾਮ ਨਾ ਲੈਂਦੇ, ਸਤੀਸ਼ ਕੌਲ ਜੀ ਲੈਂਦੇ? ਇੱਕ ਲਾਸਟ ਸਵਾਲ ਆ ਜੀ, ਜੇਕਰ ਗੱਲ ਕਰੀਏ ਤੁਹਾਡੇ ਕੋਲ ਪੈਸੇ ਆਉਂਦੇ ਨੇ ਉਹਦੀ ਪੂਰੀ ਜਾਣਕਾਰੀ ਕੌਲ ਸਾਹਿਬ ਨੂੰ ਦਿੱਤੀ ਜਾਂਦੀ? ਹਾਂਜੀ ਬਿਲਕੁਲ, ਕੌਲ ਸਾਹਿਬ ਨੂੰ ਸਾਰੀ ਜਾਣਕਾਰੀ ਹੈ। ਜਦ ਵੀ ਕਿਤੋਂ ਪੈਸੇ ਥੋੜ੍ਹੇ ਬਹੁਤੇ ਵੀ ਆਏ ਹੈ, ਉਹ ਖੁਦ ਜਾ ਕੇ ਆਪਣੇ ਸਾਈਨ ਕਰਦੇ ਹੈ, ਸਾਈਨ ਕਰਕੇ ਪੈਸੇ ਲੈਂਦੇ ਹੈ, ਨਾਲ ਹੀ ਉਹਨਾਂ ਦੇ ਅਕਾਊਂਟ ਵਿੱਚ ਜਮ੍ਹਾਂ ਹੁੰਦੇ ਹੈ, ਚਾਹੇ ਉਹ 5,000 ਹੈ, ਚਾਹੇ ਉਹ 4,000 ਹੈ, ਚਾਹੇ ਉਹ 10,000 ਹੈ, ਬਸ ਆਹ ਉਹਦੀ ਲਿਮਿਟ ਹੈਗੀ ਹੈ। ਇਹ ਸੱਚਾਈ ਹੈ, ਲੇਕਿਨ ਇਸ ਸੱਚਾਈ ਨੂੰ ਆ ਕੇ ਦੇਖੋ, ਸਰਕਾਰ ਦੇਖੀ ਆ ਕੇ।